ਦੀ ਫੇਮਸ ਇੰਟਰਨੈਸ਼ਨਲ ਸਿੰਗਰ ਜਿਨ੍ਹਾਂ ਨੇ ਸਾਨੂੰ ਮਾਂ ਤੁਝੇ ਸਲਾਮ, ਜੈ ਹੋ, ਦਿਲ ਸੇ ਰੇ ਵਰਗੇ ਕਈ ਸੁਪਰਹਿੱਟ ਸੌਂਗਸ ਦਿੱਤੇ ਨੇ। ਉਹਨਾਂ ਦੇ ਦਮਦਾਰ ਲਾਈਵ ਕੰਸਰਟ ਦੇਖਣ ਲਈ ਲੱਖਾਂ ਹੀ ਫੈਨਸ ਆਪਣੀਆਂ ਪਲਕਾਂ ਵਿਛਾਈ ਰੱਖਦੇ ਨੇ। ਇਹੋ ਜਿਹੀ ਕੰਸਰਟ ਹੋਇਆ ਫਿਲਮਾਂ ਦੀ ਨਗਰੀ ਮੁੰਬਈ ਦੇ ਵਿੱਚ, ਜਿਸ ਦੇ ਵਿੱਚ ਫੈਨਸ ਕੁਝ ਜ਼ਿਆਦਾ ਖੁਸ਼ ਨਜ਼ਰ ਨਹੀਂ ਆਏ। ਇਸ ਦਾ ਰੀਜ਼ਨ ਸੀ ਮੁੰਬਈ ਦੇ ਬਰਾ ਬੌਨ ਸਟੇਡੀਅਮ ਦੇ ਵਿੱਚ ਬੁੱਕ ਮਾਈ ਸ਼ੋਅ ਵੱਲੋਂ ਸਿਟਿੰਗ ਮਿਸਮੈਨੇਜਮੈਂਟ, ਟੈਕਨੀਕਲ ਇਸ਼ੂਸ ਤੇ ਕਈ ਹੋਰ ਸਾਰੇ। ਏ ਆਰ ਰਹਿਮਾਨ ਦੇ ਫੈਨਸ ਨੇ ਜਿਸ ਦਾ ਰੋਸ ਉਹਨਾਂ ਦੀ ਇੱਕ ਟਵੀਟ ਤੇ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਥੈਂਕ ਯੂ ਫਾਰ ਦੀ ਲਵ ਮੁੰਬਈ। ਇਸ ਦੇ ਜਵਾਬ ਦੇ ਵਿੱਚ ਫੈਨਸ ਨੇ ਕਿਹਾ ਏ ਆਰ ਰਹਿਮਾਨ ਕੰਸਰਟ ਇਨ ਮੁੰਬਈ, ਪੂਅਰ ਮੈਨੇਜਮੈਂਟ, ਸੀਟ ਨਾਟ ਵਰਥ ਐਟ ਆਲ, ਹੋਰੀਬਲ ਟੋਇਲੇਟਸ ਐਜ਼ ਵੈਲ ਵਿਦਆਊਟ ਲਾਈਟਸ। ਇੱਕ ਹੋਰ ਫੈਨ ਨੇ ਟਵੀਟ ਕੀਤਾ The show was excellent, but I felt the viewing screens should have been little high and bigger, especially near the stage. Well, assi ta eh hi kehna chahwange ki AR Rahman di is de vich koi galti nahi hai. Tuhada ki kehna hai AR Rahman de is flop show bare sanu comment section de vich zarur dassiyo. Te baki videos dekhan layi sade YouTube channel gabru.com te subscribe karna na bhulyo. gabru.com Punjab da iko ek youth portal. Entertainment da desi punch.